ਬੀਜੇਪੀ ਦੇ ਰਾਸ਼ਟਰੀ ਪ੍ਰਧਾਨ ਅਮਿਤ ਸ਼ਾਹ ਅੱਜ ਤੋਂ 2 ਦਿਨਾਂ ਜੰਮੂ ਦੌਰੇ ਤੇ ਨੇ, ਜਿੱਥੇ ਉਹ ਕਸ਼ਮੀਰ ਦੇ ਹਾਲਾਤ ਤੇ ਚਰਚਾ ਦੇ ਨਾਲ ਹੀ 2017 ਵਿੱਚ ਲੋਕ ਸਭਾ ਚੋਣਾਂ ਅਤੇ ਰਾਜ ਵਿੱਚ ਸੰਗਠਨ ਦੇ ਵਿਸਥਾਰ ਤੇ ਚਰਚਾ ਕਰਨਗੇ। ਹੈਰਾਨੀ ਦੀ ਗੱਲ ਇਹ ਹੈ ਕਿ ਆਪਣੇ 2 ਦਿਨਾਂ ਦੌਰੇ ਵਿੱਚ ਅਮਿਤ ਸ਼ਾਹ ਰਾਜ ਵਿੱਚ ਆਪਣੀ ਸਹਿਯੋਗੀ ਪਾਰਟੀ PDP ਦੇ ਕਿਸੇ ਵੀ ਅਧਿਕਾਰੀ ਜਾਂ ਨੇਤਾ ਨਾਲ ਨਹੀਂ ਮਿਲਣਗੇ। ਕੇਂਦਰ ਸਰਕਾਰ ਦਾ ਮੁੱਖ ਮੰਤਰੀ ਮਹਿਬੂਬਾ ਮੁਫਤੀ ਤੇ ਪੱਥਰਬਾਜ਼ੀ ਨੂੰ ਕਾਬੂ ਕਰਨ ਤੋਂ ਬਾਅਦ ਹੀ ਗੱਲਬਾਤ ਦੀ ਪ੍ਰਕਿਰਿਆ ਸ਼ੁਰੂ ਕਰਨ ਦੀ ਗੱਲ ਕਹਿਣਾ ਅਤੇ ਅਮਿਤ ਸ਼ਾਹ ਦਾ PDP ਦੇ ਕਿਸੇ ਵੀ ਨੇਤਾ ਨਾਲ ਨਾ ਮਿਲਣਾ, ਅਜਿਹੇ ਕਿਆਸ ਲਗਾਏ ਜਾ ਰਹੇ ਨੇ ਕਿ ਰਾਜ ਦੀ ਗੱਠਜੋੜ ਸਰਕਾਰ ਵਿੱਚ ਕੁਝ ਵੀ ਠੀਕ ਨਹੀਂ ਚੱਲ ਰਿਹਾ।